ਇੱਕ ਤਾਂ ਮੈਂ ਐਲਾਨ ਕਰਦਾ ਯੂਥ ਅਕਾਲੀ ਦਲ ਦੀ ਜਿਹੜੀ ਜਥੇਬੰਦੀ ਬਣੂਗੀ ਡਿਸਟ੍ਰਿਕਟ 'ਤੇ ਜ਼ਿਲ੍ਹਾ ਪ੍ਰਧਾਨ ਹੋਊਗਾ ਉਹ 35 ਸਾਲ ਤੋਂ ਉੱਤੇ ਨਹੀਂ ਅਪਲਾਈ ਕਰ ਸਕਦਾ 35 ਸਾਲ ਤੱਕ ਹੀ ਯੂਥ ਅਕਾਲੀ ਦੂਜੀ ਗੱਲ ਤੁਸੀਂ ਡਿਸਟ੍ਰਿਕਟ ਪ੍ਰੈਜੀਡੈਂਟ ਬਣਨਾ ਹੈ ਸਰਕਲ ਪ੍ਰੈਜੀਡੈਂਟ ਬਣਨਾ ਹੈ ਜਾਂ ਉਹ ਕੋਈ ਵੀ ਅਹੁਦਾ ਲੈਣਾ ਹੈ ਤੁਹਾਨੂੰ ਸਿਫਾਰਿਸ਼ ਲੱਭਣ ਦੀ ਲੋੜ ਨਹੀਂ ਪੈਣੀ ਹੁਣ ਤੁਹਾਡਾ ਇੱਕੋ ਹੀ ਕੰਮ ਹੈ ਅਸੀਂ ਅੱਜ ਤੋਂ ਔਨਲਾਈਨ ਮੈਂਬਰਸ਼ਿਪ ਡਰਾਈਵ ਅਸੀਂ ਅੱਜ ਲਾਂਚ ਕਰ ਰਹੇ ਹਾਂ ਜਿਹੜਾ ਨੌਜਵਾਨ 250 ਨੌਜਵਾਨਾਂ ਨੂੰ ਯੂਥ ਅਕਾਲੀ ਦਲ ਵਿੱਚ ਮੈਂਬਰ ਬਣਾਊਗਾ ਉਹ ਡੈਲੀਗੇਟ ਚੁਣਿਆ ਜਾਊਗਾ ਯੂਥ ਅਕਾਲੀ ਦਲ ਦਾ ਡੈਲੀਗੇਟ ਐ ਨਹੀਂ ਹੋਊਗਾ ਕਿ ਘਰੇ ਬਹਿ ਕੇ ਕਿਸੇ ਜਥੇਦਾਰ ਦਾ ਟੈਲੀਫੋਨ ਕਰਾ ਕੇ ਬਣਾ ਦਿਓ ਡੈਲੀਗੇਟ ਨਾ ਔਨਲਾਈਨ ਹੋਊਗਾ ਅਤੇ ਓਪਨ ਕੰਪਿਊਟਰ 'ਚ ਹੋਊਗਾ 35 ਸਾਲ ਤੋਂ ਉੱਤੇ ਜੇ ਅਸੀਂ ਭਰਨ ਦੀ ਕੋਸ਼ਿਸ਼ ਵੀ ਕਰੋਗੇ ਨਾ ਇਹਨੇ ਇੱਕ ਫਾਰਮ ਨੇ ਭਰਿਆ ਨਹੀਂ ਜਾਣਾ ਸੋ 250 ਮੈਂਬਰ ਤੁਸੀਂ ਬਣਾਓਗੇ ਹਰ ਮੈਂਬਰ ਦੀ ਫੋਟੋ ਨਾਲ ਦੇ ਨਾਲ ਆਊਗੀ ਤੁਹਾਡਾ ਕਾਰਡ ਦਿੱਤਾ ਜਾਊਗਾ ਆਈਡੈਂਟੀ ਕਾਰਡ ਡੈਲੀਗੇਟ ਦਾ ਅਤੇ ਮੈਂਬਰਾਂ ਦਾ ਤੁਸੀਂ ਤੁਹਾਨੂੰ ਨਾਲ ਦੇ ਨਾਲ ਕੰਪਿਊਟਰ ਤੋਂ ਯਾਰ ਔਨਲਾਈਨ ਤੁਹਾਡੇ ਫੋਨ ਤੋਂ ਜਾਂ ਕਿਤੋਂ ਔਨਲਾਈਨ ਤੁਸੀਂ ਆ ਸਾਰਾ ਫੋਰਮ ਭਰ ਸਕਦੇ ਹੋ ਅਤੇ ਔਨਲਾਈਨ ਡੇਟਾ ਸਾਡੇ ਕੋਲ ਆ ਜੂਗਾ ਔਨਲਾਈਨ ਤੁਸੀਂ ਆਪਣੀ ਫੋਟੋ ਵੀ ਸੈਲਫੀ ਕਲਿੱਕ ਕਰ ਲਉਂਗੇ ਸੋ ਬੜਾ ਸੌਖਾ ਤਰੀਕਾ ਜੀ ਦਿੱਤਾ ਅਤੇ ਝੰਜਰ ਸਾਹਿਬ ਦੀ ਅਤੇ ਉਹਨਾਂ ਦੀ ਟੀਮ ਦੀ ਡਿਊਟੀ ਲਾਈ ਹੈ ਕਿ ਆਹ ਜਿਹੜੀ ਮੈਂਬਰਸ਼ਿਪ ਹੈ ਆ 31 ਦਸੰਬਰ ਤੱਕ ਅਸੀਂ ਖੋਲ੍ਹੀ ਹੈ ਇੱਕ ਦਿਨ ਵਧਾਈ ਨਹੀਂ ਜਾਊਗੀ ਉਹਦੇ ਬਾਅਦ 31 ਦਸੰਬਰ ਹੁਣ 1.5 ਮਹੀਨਾ ਪੂਰਾ ਹੈਗਾ ਜਿਹਨੇ ਆਪਣੇ ਆਪ ਨੂੰ ਅੱਗੇ ਵਧਣਾ ਸਾਰੀ ਲੀਡਰਸ਼ਿਪ ਇੱਥੋਂ ਨਿਕਲੂਗੀ ਕੋਈ ਸਿਫਾਰਿਸ਼ ਨਹੀਂ ਹੋਊਗਾ ਮੈਂ ਤੁਹਾਨੂੰ ਅੱਜ ਕਹਿਣਾ ਚਾਹੁੰਦਾ ਡੈਲੀਗੇਟ ਬਣਾਓ ਡੈਲੀਗੇਟ ਅੱਗੇ ਦੇਖਾਂਗੇ ਜ਼ਿਲ੍ਹਾ ਪ੍ਰਧਾਨ ਇੱਕ ਮਿੰਟ ਬੋਲ ਲੈ ਦੂਜੀ ਗੱਲ ਜਿਹੜਾ ਡਿਸਟ੍ਰਿਕਟ ਪ੍ਰਧਾਨ ਉਹ ਬਣ ਸਕੂਗਾ ਜਿਹਨੇ ਘੱਟ ਤੋਂ ਘੱਟ 2000 ਨੌਜਵਾਨਾਂ ਨੂੰ ਰਿਕਮੈਂਡ ਕਰਾਇਆ ਹੋ ਡੈਲੀਗੇਟ ਸਾਡੇ ਆਹ ਜਿਹੜੀ ਅੱਜ ਮੈਂਬਰਸ਼ਿਪ ਯੂਥ ਅਕਾਲੀ ਦਲ ਦੀ ਹੈ ਆਹ ਪੂਰੇ ਦੁਨੀਆ ਵਿੱਚ ਖੋਲ੍ਹੀ ਗਈ ਹੈ ਆਹ ਪੰਜਾਬ ਦੀ ਮੈਂਬਰਸ਼ਿਪ ਇੱਥੇ ਆਊਗੀ ਜਿਹੜਾ ਕੈਨੇਡਾ 'ਚ ਉਹ ਵੀ ਔਨਲਾਈਨ ਸ਼ੁਰੂ ਹੋ ਜਾਊਗਾ ਜਿਹੜਾ ਉੱਥੇ ਡੈਲੀਗੇਟ ਚੁਣੇ ਜਾਣਗੇ ਡੈਲੀਗੇਟ ਉੱਥੋਂ ਦਾ ਸਟੇਟ ਦਾ ਪ੍ਰਧਾਨ ਚੁਣਨਗੇ ਕੰਟਰੀ ਦਾ ਪ੍ਰਧਾਨ ਚੁਣਨਗੇ ਉਵੇਂ ਅਮਰੀਕਾ ਉਵੇਂ ਯੂਰਪ ਉਵੇਂ ਆਸਟ੍ਰੇਲੀਆ ਦੇਖੋ ਮੈਂ ਚਾਹੁੰਦਾ ਕਿ ਤੁਹਾਡੇ ਵਿੱਚੋਂ ਲੀਡਰਸ਼ਿਪ ਨਿਕਲੇ ਜਿਹੜੇ ਕੰਮ ਕਰਨ ਉਹੀ ਅੱਗੇ ਵਧਣ